ਫਗਵਾੜਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਹੜੀ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗੀ। ਕਰਮਚਾਰੀ ਹੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਣਗੇ ਤਾਂ ਫਿਰ ਭਲਾ ਆਮ ਨਾਗਰਿਕ ਆਪਣੇ ਆਪ ਨੂੰ ਕਿਸ ਤਰ੍ਹਾਂ ਸੁਰੱਖਿਅਤ ਸਮਝਣਗੇ। ਮਾਮਲਾ ਫਗਵਾੜੇ ਤੋਂ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਬਤੌਰ ਥਾਣਾ ਮੁਖੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਇੰਸਪੈਕਟਰ ਦੇ ਘਰ ਬਾਹਰੋਂ ਕਾਰ ਚੋਰੀ ਕਰਕੇ ਚੋਰ ਫਰਾਰ ਹੋ ਗਏ ਨੇ। ਦੱਸਿਆ ਜਾ ਰਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ। ਮੇਰਾ ਨਾਮ ਸੰਜੀਵ ਪਸਰਾ। ਹਾਂਜੀ ਸਰ, ਇਹ ਕਿਹੜੇ ਮਹੱਲੇ? ਪਤਾ ਲੱਗਾ ਵਿਅਕਤੀ ਤਾਂ ਨਹੀਂ ਆਏ ਵਿੱਚ ਉਹਦੇ, ਬਟ ਆਹ ਵਾਲਾ ਕੈਮਰਾ ਬੰਦ ਸੀ ਤਾਂ ਕਰਕੇ ਉਹ ਸੱਜ ਜਦੋਂ ਉਤਰੇ ਉਹ ਪਤਾ ਨਹੀਂ ਲੱਗਾ, ਬਟ ਜਾਂਦੇ ਹੋਏ ਸਾਰੇ ਮੋੜਾਂ ਤੋਂ ਤਾਂ ਦੇਖਿਆ ਅਤੇ ਗੱਡੀ 'ਚ ਆਏ ਸੀ। ਅਤੇ ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ? ਹਾਂਜੀ, ਉੱਦਣ ਹੀ ਸਵੇਰ ਨੂੰ ਜਦੋਂ ਪਤਾ ਲੱਗਾ ਉਸ ਤੋਂ ਅੱਧੇ ਘੰਟੇ ਘੰਟੇ ਬਾਅਦ ਕੰਪਲੇਂਟ ਕੀਤੀ ਅਤੇ ਉਹਨਾਂ ਨੇ ਕਰ ਲਿਆ ਸੀ। ਅਤੇ ਫੁਟੇਜ ਦੇ ਵਿੱਚ ਕੋਈ ਸਾਹਮਣੇ ਨਹੀਂ ਆਇਆ ਵੀ ਕਿੰਨੇ ਲੋਕ ਅਤੇ ਕਿੱਧਰ ਨੂੰ ਲੈ ਕੇ ਗਏ ਉਹ ਪਤਾ ਲੱਗਾ ਕੁਛ? ਫੁਟੇਜ ਦੇ ਨਹੀਂ ਵਿੱਚ ਆਇਆ ਕਿਉਂਕਿ ਆਹ ਵਾਲਾ ਕੈਮਰਾ ਬੰਦ ਸੀ ਜਦੋਂ ਇੱਥੇ ਉੱਤਰੇ। ਜਿੱਦਾਂ ਆਸ ਪਾਸ ਨਹੀਂ ਦੇਖਿਆ ਵੀ ਗੱਡੀ ਲੈ ਕੇ ਕਿੱਧਰ ਨੂੰ ਗਏ? ਲੈ ਕੇ ਇੱਧਰ ਨੂੰ ਗਏ ਜਦੋਂ ਇੱਥੋਂ ਬਾਹਰ ਗਲੀ ਤੋਂ ਬਾਹਰ ਨਿਕਲੇ, ਉਸ ਤੋਂ ਬਾਅਦ ਫਲਾਈ ਰੋਡ 'ਤੇ ਚੜ੍ਹੇ, ਫਲਾਈ ਰੋਡ ਤੋਂ ਰਾਈਟ ਲਏ ਆ ਉਹਨਾਂ ਨੇ ਇੱਧਰ ਨੂੰ ਕਮਲਾ ਨਹਿਰੂ ਕਾਲਜ ਵੱਲ ਨੂੰ ਗਏ। ਉਸ ਤੋਂ ਬਾਅਦ ਅੱਗੇ ਹਾਲੇ ਕੁਛ ਛਾਣਬੀਨ ਹੋਈ ਨਹੀਂ।